ਹੁਸ਼ਿਆਰਪੁਰ ਰੇਲਵੇ ਫਾਟਕ ਤੇ ਬਣਨ ਵਾਲੇ ਰੇਲਵੇ ਓਵਰ ਬ੍ਰਿਜ ਦੇ ਮਾਮਲੇ ਨੇ ਇੱਕ ਵਾਰ ਮੁੜ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਹੁਸ਼ਿਆਰਪੁਰ ਰੇਲਵੇ ਫਾਟਕ ਤੇ ਲੱਗਣ ਵਾਲੇ ਲੰਬੇ ਜਾਮ ਤੋਂ ਲੋਕਾਂ ਨੂੰ ਨਿਜਾਤ ਦਵਾਉਣ ਲਈ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਜਿਵੇਂ ਹੀ ਇਸ ਦੀ ਭਣਕ ਸਥਾਨਕ ਦੁਕਾਨਦਾਰਾਂ ਨੂੰ ਪਈ ਤਾਂ ਅੱਜ ਵੱਡੀ ਗਿਣਤੀ 'ਚ ਦੁਕਾਨਦਾਰਾਂ ਨੇ ਇਕੱਤਰ ਹੋ ਕੇ ਪੁਲ ਦੇ ਵਿਰੁੱਧ 'ਚ ਭਰਵੀਂ ਮੀਟਿੰਗ ਕੀਤੀ ਤੇ ਐਲਾਨ ਕੀਤਾ ਕਿ ਉਹ ਕਿਸੇ ਵੀ ਸੂਰਤ 'ਚ ਪੁਲ ਦੀ ਉਸਾਰੀ ਨਹੀਂ ਹੋਣ ਦੇਣਗੇ। ਇਸ ਮੌਕੇ ਦੁਕਾਨਦਾਰਾਂ ਵੱਲੋਂ ਇੱਕ ਮੰਗ ਪੱਤਰ ਕੈਬਨਿਟ ਮੰਤਰੀ ਨੂੰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਇਸ ਇਲਾਕੇ 'ਚ 500 ਦੇ ਕਰੀਬ ਦੁਕਾਨਦਾਰ ਮਿਹਨਤ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਕਰਦੇ ਨੇ ਤੇ ਜੇਕਰ ਪੁਲ ਦੀ ਉਸਾਰੀ ਹੁੰਦੀ ਹੈ ਤਾਂ ਦੁਕਾਨਦਾਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਪੁਲ ਦੀ ਕੋਈ ਵੀ ਲੋੜ ਨਹੀਂ ਹੈ, ਸਰਕਾਰ ਫਾਲਤੂ ਦੀ ਉਸਾਰੀ ਕਰਵਾ ਕੇ ਪੈਸੇ ਦੀ ਖਰਾਬੀ ਕਰ ਰਹੀ ਹੈ। ਇਸ ਮੌਕੇ ਦੁਕਾਨਦਾਰਾਂ ਨੇ ਕੜੇ ਸ਼ਬਦਾਂ 'ਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ ਕਾਂਗਰਸ ਦੀ ਸਰਕਾਰ ਸਮੇਂ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਲੱਗਾ ਸੀ ਤਾਂ ਦੁਕਾਨਦਾਰਾਂ ਵੱਲੋਂ ਉਸ ਵਕਤ ਵੀ ਸੰਘਰਸ਼ ਸ਼ੁਰੂ ਕਰਕੇ ਪੁਲ ਦੀ ਉਸਾਰੀ ਰੁਕਵਾ ਦਿੱਤੀ ਗਈ ਸੀ। ਜਗਦੀਪ ਸਿੰਘ ਸਿਰਾ। ਜਗਦੀਪ ਸਿੰਘ ਜੀ, ਕਿਸ ਜਗ੍ਹਾ ਤੁਹਾਡੀ ਦੁਕਾਨ ਹੈ? ਮੇਰੀ ਸਬਜ਼ੀ ਮੰਡੀ ਦੇ ਕੋਲ ਦੁਕਾਨ ਹੈ ਜੀ। ਠੀਕ ਹੈ ਜੀ। ਪੁਲ ਸਰਕਾਰ ਬਣਾਉਣ ਜਾ ਰਹੀ ਹੈ, ਵਿਕਾਸ ਕੰਮ ਹੋਣ ਜਾ ਰਹੇ ਹੈ, ਕੀ ਦਿੱਕਤ ਆ ਰਹੀ ਹੈ ਜੀ ਦੁਕਾਨਦਾਰਾਂ ਨੂੰ ਇਸ ਲਈ? ਇਹ ਪਹਿਲਾਂ ਵੀ ਕੰਮ ਸ਼ੁਰੂ ਹੋਇਆ ਸੀ ਤੇ ਸਾਰੇ ਦੁਕਾਨਦਾਰ ਰਲ ਕੇ ਇਹਦਾ ਵਿਰੋਧ ਕੀਤਾ ਸੀ। ਉਸ ਟਾਈਮ ਤੇ ਇਹ ਪੋਸਟਪੋਨ ਕਰਤਾ ਸੀ। ਸਾਨੂੰ ਸਾਰਿਆਂ ਨੂੰ ਇਹ ਯਕੀਨ ਹੋਇਆ ਕਿ ਹੁਣ ਰੱਦ ਹੋ ਗਿਆ, ਪਰ ਸਰਕਾਰਾਂ ਦੀਆਂ ਨੀਤੀਆਂ ਦਾ ਕੋਈ ਪਤਾ ਨਹੀਂ ਲੱਗਦਾ। ਮੁੜ ਕੇ ਫੇਰ ਸਾਡੇ ਗੱਲ ਤੇ ਫਾਹਾ ਲੱਗੇ ਸੀ ਫੋਨ। ਪਰ ਦਿੱਕਤ ਕੀ ਆ ਦੁਕਾਨਦਾਰਾਂ ਨੂੰ ਪੁਲ ਦੇ ਨਿਰਮਾਣ ਤੋਂ? ਇੱਕ ਤਾਂ ਇਹਨਾਂ ਦਾ ਕੰਸਟਰਕਸ਼ਨ ਦਾ ਤੁਸੀਂ ਸਾਰੇ ਲੋਕ ਦੇਖਦੇ ਆ ਕਿ ਕਿਤੇ ਵੀ ਕੰਮ ਸ਼ੁਰੂ ਹੁੰਦਾ ਆ ਟਾਈਮ ਬਾਉਂਡ ਹੈ ਨਹੀਂ। ਜਿਹੜਾ ਇੱਕ ਸਾਲ ਦਾ ਕੰਮ ਉਹ 10-10 ਸਾਲ ਮੁੱਕਦਾ ਨਹੀਂ ਕੰਮ। ਹੁਣ ਅਸੀਂ ਕਹਿੰਦੇ ਆ ਵੀ ਜਿਸਲੇ ਇਹ ਸ਼ੁਰੂ ਕੀਤਾ ਇਹ ਵੀ 5-7 ਸਾਲ ਸ਼ੁਰੂ ਕਰਕੇ ਮੁੱਕਣਾ ਨਹੀਂ ਕੰਮ ਇਹ। ਫਿਰ ਬਾਕੀ ਜਿਹੜੇ ਇੱਥੇ ਆਲੇ ਦੁਆਲੇ ਦੁਕਾਨਦਾਰ ਆ, ਘਰਾਂ ਵਾਲੇ ਆ, ਸਕੂਲ ਦੇ ਬੱਚੇ ਆ, ਉਹਨਾਂ ਵਾਸਤੇ ਬਹੁਤ ਵੱਡੀ ਮੁਸੀਬਤ ਬਣ ਜਾਣੀ ਹੈ। ਦੁਕਾਨਦਾਰਾਂ ਦਾ ਬਿਜ਼ਨਸ ਖਤਮ ਹੋ ਜਾਣਾ, ਘਰਾਂ ਵਾਲਿਆਂ ਨੂੰ ਆਉਣ ਜਾਣ ਲਈ ਦਿੱਕਤ ਹੋ ਜਾਣੀ, ਸਕੂਲ ਦੇ ਬੱਚੇ ਜਿਹੜੇ ਓਰਹਿਰਾਂ ਵਾਲੀ ਸਾਈਡ ਤੋਂ ਆਉਂਦੇ ਆ ਉਹਨਾਂ ਨੂੰ ਹੋਰ ਲੰਬਾ ਸਫ਼ਰ ਪੈ ਜਾਣਾ, ਪਹਿਲਾਂ ਉੱਥੇ ਜਾ ਕੇ ਉਤਰਨਗੇ ਫਿਰ ਵਾਪਸ ਸਕੂਲ ਜਾਣਗੇ। ਇਸ ਕਰਕੇ ਸਾਡੀ ਤਾਂ ਇਹੀ ਮੰਗ ਆ ਕਿ ਇਹ ਪੁਲ ਨੂੰ ਰੱਦ ਕਰਤਾ ਜਾਵੇ। ਕਿਆ ਨਾਮ ਹੈ ਜੀ ਤੁਹਾਡਾ? ਮੇਰਾ ਅਨਿਲ ਕੁਮਾਰ ਜੀ। ਕਿਹੜੀ ਜਗ੍ਹਾ ਤੇ ਕਹਿਣਾ ਜੀ? ਮੇਰੀ ਫਾਟਕ ਪਾਰ ਕਰਕੇ ਜੀ। ਠੀਕ ਹੈ ਜੀ। ਪੁਲ ਡੀਪੂ ਦੇ ਨਾਲ ਸਰਕਾਰ ਪੁਲ ਦਾ ਨਿਰਮਾਣ ਕਰਨ ਜਾ ਰਹੀ ਹੈ, ਇੱਕ ਵਾਰ ਮੁੜ ਤੋਂ ਦੁਕਾਨਦਾਰ ਫਿਰ ਵਿਰੋਧ ਦੇ ਵਿੱਚ ਉਤਰ ਆਇਆ, ਕੀ ਕਾਰਨ ਹੈ ਜੀ? ਕਾਰਨ ਤੁਹਾਡੇ ਸਾਹਮਣੇ ਹੈ ਜੀ, ਇੰਨੀ ਪਬਲਿਕ ਇਕੱਠੀ ਹੋਈ ਹੈ, ਕੋਈ ਬੇਵਜ੍ਹਾ ਦਾ ਕੋਈ ਇਕੱਠਾ ਨਹੀਂ ਹੁੰਦਾ, ਕਿਉਂਕਿ ਇਹ ਪੁਲ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ, ਨਾ ਕਿਸੇ ਦੀ ਕੋਈ ਡਿਮਾਂਡ ਹੈਗੀ। ਇਹ ਤੁਸੀਂ ਪੈਸਾ ਖਰਚੀ ਕਰਨਾ ਤਾਂ ਕਿਸੇ ਅੱਛੀ ਜਗ੍ਹਾ ਤੇ ਲਾਓ। ਇਹਨਾਂ ਰੇਲਵੇ ਕੋਲ ਇਹਨਾਂ ਨੇ ਬਹੁਤ ਅੱਛੀਆਂ ਅੱਛੀਆਂ ਗੱਲਾਂ ਕਹੀਆਂ, ਕਪਤਾਨ ਸਾਹਿਬ ਜੀ ਨੇ ਵੀ ਬਹੁਤ ਪਿੱਛੇ ਜਗ੍ਹਾ ਹੈਗੀ ਆ, ਅਸੀਂ ਰੇਲਵੇ ਹੀ ਉੱਥੇ ਲੈ ਕੇ ਚੱਲ ਜਾਈਏ ਆਪਾਂ ਸਟੇਸ਼ਨ, ਤਾਂ ਆਪਾਂ ਨੂੰ ਨਹੀਂ ਲੱਗਦਾ ਜੀ। ਬਾਕੀ ਪਰਿਵਾਰ ਸਾਰੇ ਦੁਖੀ ਆ, ਅੱਜ ਤਾਂ 2 ਦਿਨ ਹੋਏ ਫਰਮਾਨ ਜਾਰੀ ਹੋਏ ਨੂੰ, ਤੁਸੀਂ ਦੇਖ ਲਓ ਵੀ ਕਿੰਨੀ ਜਨਤਾ ਇਕੱਠੀ ਹੋਈ ਆ। ਲੋੜ ਨਹੀਂ ਆ, ਪਰ ਬਹੁ ਗਿਣਤੀ ਸਰ ਇਸ ਪੁਲ ਦੇ ਹੱਕ ਵਿੱਚ ਵੀ ਹੈ ਕਿ ਬਣਨਾ ਚਾਹੀਦਾ, ਕਿਉਂਕਿ ਰੋਜ਼ਾਨਾ ਇਹ ਜਿਹੜਾ ਨੀਅਰ ਅਬਾਊਟ 15 ਵਾਰ ਜਿਹੜਾ ਫਟਕ ਲੱਗ ਜਾਂਦਾ ਤੇ ਇੱਕ ਲੰਮਾ ਜਾਮ ਦੋਹਾਂ ਪਾਸੇ ਲੱਗ ਜਾਂਦਾ। ਮੈਨੂੰ ਇੱਥੇ 2007 ਦਾ ਹਾਂ ਜੀ, ਮੈਂ ਮੇਰਾ ਘਰ ਵੀ ਇੱਥੇ ਆ, ਮੇਰੀ ਦੁਕਾਨ ਵੀ ਇੱਥੇ ਆ, ਮੈਨੂੰ ਕਦੀ ਪਰੇਸ਼ਾਨੀ ਨਹੀਂ ਹੋਈ ਫਾਟਕ ਦੀ। ਮੇਰਾ ਖਿਆਲ ਆ ਮੈਂ 10 ਵਾਰੀ ਆਉਂਦਾ ਜਾਂਦਾ ਵਾਂ ਰੋਡ ਤੋਂ, ਰੋਜ਼ ਬੈਂਕ ਵੀ ਜਾਂਦਾ, ਮੈਂ ਦੁਕਾਨ 'ਤੇ ਵੀ ਆਉਂਦਾ, ਘਰ ਵੀ ਜਾਂਦਾ। ਮੈਨੂੰ ਹਾਰਡਲੀ 2 ਜਾਂ 3 ਮਿੰਟ 12-15 ਸਾਲਾਂ ਦੇ ਵਿੱਚ ਮੈਨੂੰ ਕਦੀ ਪਰੇਸ਼ਾਨੀ ਨਹੀਂ ਆਈ, ਨਾ ਮੇਰੇ ਬੱਚਿਆਂ ਨੂੰ ਕਦੀ ਪਰੇਸ਼ਾਨੀ ਆਈ। ਆਉਂਦੇ ਜਾਂਦੇ ਬੜਾ ਸੋਹਣਾ, 2-3 ਮਿੰਟ ਕਿਤੇ ਵੇਟ ਕਰਨੀ ਪੈਂਦੀ ਹੈ, ਇਸ ਤੋਂ ਜ਼ਿਆਦਾ ਨਹੀਂ। ਜਿਹੜਾ ਤਕਰੀਬਨ 1100 ਮੀਟਰ ਦਾ ਪੁਲ ਬਣ ਰਿਹਾ, ਜਿਹਦੇ ਵਿੱਚ ਸਬਜ਼ੀ ਮੰਡੀ ਤੋਂ ਲੈ ਕੇ ਗੌਰਮੈਂਟ ਕਾਲਜ ਚੌਕ ਜਿੰਨੇ ਵੀ ਦੁਕਾਨਦਾਰ ਪਲੱਸ 4 ਮਹੱਲੇ ਉਹਦੇ ਵਿੱਚ ਆਉਂਦੇ ਆ, ਉਹ ਸਾਰੇ ਰੈਜੀਡੈਂਸ ਵੀ ਇਹਦੇ ਨਾਲ ਫੈਡ ਅਪ ਹੁੰਦੇ ਆ, ਤੇ ਇਸ ਕਰਕੇ ਸਾਡੀ ਤਾਂ ਬੇਨਤੀ ਸੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਨੂੰ ਵੀ ਪੰਜਾਬ ਸਰਕਾਰ ਵੱਲੋਂ ਇਦਾਂ ਦਾ ਕੋਈ ਉਪਰਾਲਾ ਕੀਤਾ ਜਾਵੇ, ਇਹ ਪੁਲ ਪਰਮਾਨੈਂਟ ਕੈਂਸਲ ਕੀਤਾ ਜਾਵੇ। ਇੱਥੋਂ ਦੇ ਦੁਕਾਨਦਾਰ ਤੇ ਰੈਜੀਡੈਂਸ ਬਿਲਕੁਲ ਪੁਲ ਨਹੀਂ ਚਾਹੁੰਦੇ,
क्योंकि पुल बन नाल आपां अगे देख चुके हैं आदमपुर वाला पुल 6 साल हो गए बनदे नूं, 2 साल च कंप्लीट होना सीगा, अजे तक कंप्लीट नहीं होया, अजे अगे पता नहीं जे ये शुरू हो गया किसी तरीके कारण करके रेलवे करके तो इत्थे भी दुकानदारां दा उही हाल होना जो आदमपुर दे विच हो रहा। इस करके साडी बेनती है भी ये पुल नूं टोटली रद्द किया जाए। पर सर जेकर आपां लुधियाणे वर्गे शहर की गल करिए, रामा मंडी की गल करिए, तो उत्थे मोहल्लियां विच भी पुल बने हुए है जी, देखो कोई ना कोई अल्टरनेटिव कढ़िया जा सकता, अंडरपास बनाया जा सकता, ट्रैफिक नूं कंट्रोल किया जा सकता, वड्डे ट्रैफिक नूं इधर दी नहीं आना, जबकि रिंग रोड हुशियारपुर दे विच कई सालों के बने हुए हैं, वड्डा ट्रैफिक क्यों आन दिता जाता इधर, छोटा ट्रैफिक कार मोटरसाइकिल ईजीली लंघ जाते हैं, कोई दिक्कत नहीं हैगी उन्होंने। जेकर नहीं कोई हल होंगे अगला स्टेप एजिटेशन जी, अगे भी आप एजिटेशन की हूँ भी एजिटेशन तैयार बैठे सारे अस। सारे डुब जाने सानू रोटी रूजी का कोई साधन नहीं रहना, अगे भी असि संघर्ष किया रुकाया हूँ फिर साड़ी यही पर जो मांग आ सरकार अगे सेंटर अगे तो पंजाब अगे।